ਸਾਨੂੰ ਤੁਹਾਨੂੰ ਦੱਸਣ ਲਈ ਇੱਕ ਸ਼ੰਖ ਮਿਲਿਆ ਜੀ ਜੋ ਇਹਦੀ ਮਤਲਬ ਸ਼ੇਪ ਆ ਉਸ ਤੋਂ ਪਤਾ ਲੱਗਦਾ ਕਿ ਬਹੁਤ ਹੀ ਪੁਰਾਣਾ ਸ਼ੰਖ ਆ ਸੁਣਨ ਮੁਤਾਬਕ ਇਹ ਕੋਈ ਫੈਮਿਲੀ ਸੀ ਪੋਲੋਮਲ 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 ਉਹਨਾਂ ਦੇ ਰੈੱਡ ਕਲਰ ਦਾ ਪੱਥਰ ਹੈ ਜੀ ਔਰ ਇਸ ਪੱਥਰ ਦੇ ਉੱਤੇ ਇੱਕ ਦੋ ਤਿੰਨ ਚਾਰ ਪੌੜੀਆਂ ਚਾਰੇ ਪੌੜੀਆਂ ਇੱਟਾਂ ਦੇ ਇੰਨਾ ਵਜ਼ਨ ਚੱਕੀ ਬੈਠਾ ਜੀ ਇਹ ਹੋਣਗੇ ਬੁੜੇ ਹੈ ਨਾ ਉਹ ਇੱਕ ਤੁਸੀਂ ਵੀਡੀਓ ਤੁਹਾਡੀ ਵੀਡੀਓ ਵੀ ਮੈਂ ਦੇਖੀ ਆ ਉਹ ਜਿਹੜੇ ਤਲਾਅ ਦੀ ਗੱਲ ਕਰਦਾ ਸੀਗਾ ਉਹ ਇਹੀ ਤਲਾਅ ਸੀਗਾ नकोदर न्यूज़ रिपोर्ट देख रहे सारे दर्शकों का स्वागत है। अज जो खबर है महतपुर की खबर तुहाडे तक असीं पहुँचा रहे नसर करन जा रहे हैं। महतपुर के एक तालाब है कई दहाके तालाब पुराना है। दसिया जा रहा है कि 1857 ईस्वी तो भी पहलों का यह तालाब है। जो तालाब है इसका जो सफाई का काम आता है और सरबत भला ट्रस्ट के वलों ये काम किया जाता है। तालाब के काफ़ी ज़्यादा मिट्टी सी काफ़ी ज़्यादा गंदगी सी सरबत भला ट्रस्ट के वलों साफ किया जाता है। सब तो वड्डी गल है कि जो इसकी इट लगी हुई है पुरानी इट नानक शाही इट लगी हुई है। इस दे काम जो जिसने अखी सब कुछ देखा करवाया है और अजे भी करवा रहे हैं रजेश सू जी साढ़े नाल ने गलबात करांगे जाणांगे इस तालाब के बारे। आओ मुलाकात करते हैं रजेश सू दे नाल। जी सर सब तो पहला तुहाडा बहुत बहुत नकोदर न्यूज़ रिपोर्ट ते स्वागत है जी। बहुत बहुत धन्यवाद जी हरदीप जी और मैं सब तो पहला बहुत ज़्यादा धन्यवाद करना चाहना हरदीप जी तुहाडा तुहाडी सारी टीम का। मैं अक्सर देखदा कि तुसी अपने शहर नहीं तुसी बहुत दूर दूर ते बहुत बरीकी दे नाल छोटियां छोटियां खबरां नूं उभारदे हो। तुहाडी न्यूज़ चैनल का मैं दिलों धन्नवादी हाँ और मैं अक्सर तुहाडे जिन्ने भी मतलब एपीसोड है जिन्नी तुसी न्यूज़ अच्छियां दिखाईयां और पाकिस्तान तक दे जिहड़े तुसी दिखाए आ वो सानू बहुत अच्छे लगे आ और पहलां तुहाडे सारे न्यूज़ चैनल का मैं दिलों धन्नवाद करदा जी। ਹੋਰ ਜੀ ਜੀ ਆਇਆਂ ਨੂੰ ਤੁਸੀਂ ਇੱਥੇ ਆਇਆ ਚਾਹੀਦਾ ਕਿ ਆਪਾਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਆ ਤਲਾਅ ਦੇ ਬਾਰੇ ਗੱਲ ਕਰ ਚੁੱਕੇ ਆ ਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਸਾਰਾ ਜੋ ਵੀ ਕੰਮ ਮੁਕੰਮਲ ਕਰਵਾਇਆ ਔਰ ਕਰਨ ਜਾ ਰਹੇ ਹੋ ਸਾਰਾ ਦਿਖਾਓਗੇ ਜੀ। ਸਭ ਤੋਂ ਪਹਿਲਾਂ ਜੀ ਮੈਂ ਸਾਰਾ ਸ਼੍ਰੇਅ ਆਪ ਨਹੀਂ ਲੈਣਾ ਚਾਹਾਂਗਾ ਕਿ ਜੀ ਅਸੀਂ ਕਰ ਰਹੇ ਹਾਂ ਇਹ ਤਾਂ ਮੌਕੇ ਤੇ ਅਸੀਂ ਮਿਲ ਗਏ ਤੁਹਾਨੂੰ ਔਰ ਇਸ ਦੇ ਵਿੱਚ ਮੈਂ ਤੁਹਾਨੂੰ ਕੁਝ ਵੀਡੀਓ ਸ਼ੇਅਰ ਕਰਾਂਗਾ ਕਿ 8-8 ਸਾਲ ਦੇ ਬੱਚੇ ਬਜ਼ੁਰਗ ਸਾਡੇ ਇੰਸਪੈਕਟਰ ਜਗਤਾਰ ਸਿੰਘ ਔਰ ਸ਼ਹਿਰ ਦੇ ਬਹੁਤ ਬਹੁਤ ਮਹਾਨ ਹਸਤੀਆਂ ਜਿਹੜੇ ਸ਼ਹਿਰ ਦੀਆਂ ਥੰਮ ਨੇ ਉਹ ਸਾਡੇ ਨਾਲ ਸਵੇਰੇ ਇੱਥੇ ਕਈਆਂ ਲੈ ਕੇ ਰੋਜ਼ ਸਵੇਰੇ 5 ਵਜੇ ਤੋਂ 7:30-8 ਵਜੇ ਤੱਕ ਸੇਵਾ ਕਰਦੇ ਨੇ। ਹੋਇਆ ਇਸ ਤਰ੍ਹਾਂ ਸੀ ਇਸ ਜਗ੍ਹਾ ਦੇ ਬਾਰੇ ਮਤਲਬ ਹੁਣ ਕੁਛ ਜਿੰਨਾ ਸਾਨੂੰ ਜਾਣਕਾਰੀ ਮਿਲੀ ਹੈ ਉਹਦੇ ਬਾਰੇ ਮੈਂ ਦੱਸਣਾ ਚਾਹਾਂਗਾ। ਕਥਾ ਮੁਤਾਬਕ ਜਾਂ ਕਿਸੇ ਵੀ ਦੰਦ ਕਥਾ ਕਹਿ ਦਿੰਦੇ ਹਾਂ ਕਿ ਮਿਥਿਹਾਸ ਮੁਤਾਬਕ ਇਹ ਕੋਈ 1850 ਤੋਂ ਵੀ ਪੁਰਾਣੀ ਜਿਹੜੀ ਇਹ ਜਗ੍ਹਾ ਜੀ ਔਰ ਉਹ ਤਾਂ ਦਿਖਾਉਣਾ ਮਤਲਬ ਕਹਿਣ ਦਿਓ ਜਦੋਂ ਤੁਸੀਂ ਇਹਦੀ ਕੰਡੀਸ਼ਨ ਦੇਖ ਰਹੇ ਹੋ ਜਦੋਂ ਤੁਸੀਂ ਇਹਦੀਆਂ ਛੋਟੀਆਂ ਇੱਟਾਂ ਨਾਲ ਬਣੀ ਦੇਖੋਗੇ ਇਹਦੀ ਕੰਡੀਸ਼ਨ ਦੇਖੋਗੇ ਕਿਉਂਕਿ ਇਹਦੇ ਵਿੱਚ ਪਾਣੀ ਭਰਨ ਦਾ ਕੋਈ ਪ੍ਰਬੰਧ ਨਹੀਂ ਸੀਗਾ। ਮੋਸਟਲੀ ਇਹਦੇ ਵਿੱਚ ਪਾਣੀ ਭਰਨ ਦਾ ਉਹਨਾਂ ਨੇ ਰੱਖਿਆ ਸੀ ਕਿ ਬਾਰਿਸ਼ ਆਏਗੀ ਪਾਣੀ ਆਏਗਾ ਸਟੋਰ ਕਰਾਂਗੇ ਜਾਂ ਫਿਰ ਹਲਟਾ ਲਾ ਕੇ ਉਹ ਟਿੰਡਾਂ ਦੇ ਨਾਲ ਉਹ ਪਾਣੀ ਭਰਦੇ ਸੀ। ਐਡਾ ਵੱਡਾ ਤਲਾਬ ਆ ਜੇ ਅੱਜ ਟਿੰਡਾਂ ਨਾਲ ਭਰਨਾ ਹੋਵੇ ਤਾਂ ਮੈਨੂੰ ਲੱਗਦਾ ਸਾਲ ਪੂਰਾ ਚਲਾਵਾਂਗੇ ਤਾਂ ਜਾ ਕੇ ਸ਼ਾਇਦ ਇਹ ਭਰੇ ਔਰ ਇੰਨਾ ਵੱਡਾ ਬਣਾਇਆ। ਕੁਛ ਹਿਸਟਰੀ ਇਹਦੇ ਬਾਰੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਚਲੋ ਨਾਲ ਨਾਲ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਹਿਸਟਰੀ ਇਹ ਸ਼ੇਅਰ ਹੈ ਜੀ ਸਾਡੀ ਕਿ ਜਿਹੜੀ ਇਹ ਜਗ੍ਹਾ ਹਾਂਜੀ ਸੁਣਨ ਮੁਤਾਬਕ ਇਹ ਕੋਈ ਫੈਮਿਲੀ ਸੀ ਪੋਲੋਮਲ ਪੋਲੋਮਲ ਹਾਂਜੀ ਪੋਲੋਮਲ ਉਹਨਾਂ ਦੇ ਕੋਈ ਬੱਚਾ ਨਹੀਂ ਹੋਇਆ ਅਤੇ ਉਹਨਾਂ ਨੇ ਮਤਲਬ ਕਿਸੇ ਸਿਆਣੇ ਦੀ ਸਲਾਹ ਲਈ ਕਿ ਮੇਰੇ ਕੋਲ ਪ੍ਰੋਪਰਟੀ ਬਹੁਤ ਹੈ ਪੈਸਾ ਬਹੁਤ ਹੈ ਪਰ ਮੇਰੇ ਬੱਚਾ ਨਹੀਂ ਹੋਇਆ ਮੈਨੂੰ ਕੋਈ ਇੱਦਾਂ ਦਾ ਉਪਾਅ ਕਰੋ। ਉਹ ਕੋਈ ਸੰਤ ਮਹਾਤਮਾ ਨੇ ਉਹਨਾਂ ਨੂੰ ਦੱਸਿਆ ਕਿ ਬੇਟਾ ਦੇਖੋ ਕਰਮਾਂ ਦੀ ਗੱਲ ਹੈ ਪਰ ਜੇ ਤੂੰ ਆਪਣਾ ਰਹਿੰਦੀ ਦੁਨੀਆ ਤੱਕ ਨਾਮ ਰੱਖਣਾ ਤਾਂ ਤੂੰ ਮਹਿਤਪੁਰ ਦੇ ਵਿੱਚ ਨਾ ਪਾਣੀ ਦੀ ਬਹੁਤ ਕਿੱਲਤ ਸੀ ਉਦੋਂ ਪੁਰਾਣੇ ਸਮੇਂ ਦੇ ਵਿੱਚ ਨਾ ਸਮਰਸੀਬਲ ਸੀ ਨਾ ਕੁਛ ਵੀ ਤੂੰ ਇੱਥੇ ਕੋਈ ਤਲਾਬ ਬਣਾ ਦੇ। ਫਿਰ ਉਹਨਾਂ ਨੇ ਇੱਥੇ ਦੋ ਤਲਾਬ ਬਣਾਏ ਆ ਜੀ ਇੱਕ ਇੱਥੇ ਇੱਕ ਸ਼ਾਦੀਖਾਂ ਮੱਲੇ ਕੋਲ ਰਵਿਦਾਸ ਗੁਰਦੁਆਰਾ ਦੇ ਸਾਹਿਬ ਦੇ ਸਾਹਮਣੇ ਆ ਔਰ ਉਹ ਵੀ ਇਸ ਟਾਈਮ ਮੇਨਟੇਨ ਕਰਨ ਲਈ ਮਤਲਬ ਕਰਨਾ ਚਾਹੀਦਾ ਉਹ ਵੀ ਬਹੁਤ ਹਲੇ ਹਾਲਤ ਉਹਦੀ ਵੀ ਮਾੜੀ ਹੈ। ਇੱਥੇ ਅਸੀਂ ਵਾਲੀਬਾਲ ਖੇਡਦੇ ਹਾਂ ਅਕਸਰ ਪਿਛਲੇ 6-7 ਸਾਲ ਤੋਂ ਅਤੇ ਭਲਵਾਨ ਹੈ ਜੀ ਸੋਮਨਾ ਉਹਨਾਂ ਦਾ ਲੱਗਾ ਹੋਇਆ ਇਕਲਵਿਆ ਕੁਸ਼ਤੀ ਅਕੈਡਮੀ ਬਹੁਤ ਮਿਹਨਤ ਕਰਦੇ ਆ। ਮਹਿਤਪੁਰ ਦੀ ਖਾਸ ਗੱਲ ਹੈ ਕਿ ਮਹਿਤਪੁਰ ਦੇ ਵਿੱਚ ਗਰਾਊਂਡਾਂ ਦੇ ਪ੍ਰਤੀ ਹੁਣ ਬਹੁਤ ਪ੍ਰੇਮ ਦੇਖਣ ਨੂੰ ਮਿਲ ਰਿਹਾ। ਬਲਜੀਤ ਲੜਕਾ ਉਹਨੇ ਖਾਲਸਾ ਸਕੂਲ ਦੀ ਗਰਾਊਂਡ ਦੇ ਬਾਹਰ ਇੰਨੀ ਕੁ ਵਧੀਆ ਗਰਾਊਂਡ ਬਣਾਤੀ ਫੁੱਟਬਾਲ ਦੀ ਕਿ ਮਤਲਬ ਕੋਈ ਦੇਖੇਗਾ ਤਾਂ ਮਜ਼ਾ ਆ ਜਾਏਗਾ। ਹੁਣ ਚਲੋ ਵਾਲੀਬਾਲ ਦੀ ਵੀ ਅੱਛੀ ਗਰਾਊਂਡ ਹੈ
ਹੁਣ ਸਾਡੇ ਮਨ 'ਚ ਆਇਆ ਕਿ ਇਹਨੂੰ ਫਿਰ ਬੱਚਿਆਂ ਦਾ ਪਾਰਕ ਬਣਾ ਦਿੱਤਾ ਜਾਵੇ। ਹਾਂਜੀ, ਇਹਦੇ ਵਿੱਚ ਝੂਲੇ ਲਗਾਏ ਜਾਣ, ਲੇਡੀਜ਼ ਵਾਸਤੇ ਕੁਛ ਓਪਨ ਜਿਮ ਜਿਸ ਤਰ੍ਹਾਂ ਕੁਛ ਐਕਸਰਸਾਈਜ਼ਾਂ ਸਾਈਕਲ ਵਗੈਰਾ ਲਾਏ ਜਾਣ। ਅਤੇ ਇੱਥੇ ਇੱਕ ਇਹਦਾ ਇਤਿਹਾਸ ਇਹ ਵੀ ਹੈ ਕਿ ਇੱਥੇ ਬੜੇ ਸਾਲਾਂ ਤੋਂ ਇੱਥੇ ਬੇੜਾ ਤਾਰਿਆ ਜਾਂਦਾ ਦੁਸਹਿਰੇ ਵਾਲੇ, ਔਰ ਉਹਨੂੰ ਵੀ ਅਸੀਂ ਬਰਕਰਾਰ ਰੱਖਣਾ। ਅਸੀਂ ਇਹਦੇ ਲਈ ਇੱਕ 20x150 ਫੁੱਟ ਦਾ ਸਰੋਵਰ ਬਣਾ ਰਹੇ ਹਾਂ ਜਿਹਦੇ ਵਿੱਚ ਫਿਰ ਬੇੜਾ ਵੀ ਤਾਰਿਆ ਜਾਏਗਾ ਬੜੀ ਸਾਫ਼ ਸੁਥਰੀ ਬੜੀ ਸ਼ਰਧਾ ਦੇ ਨਾਲ। ਚਲੋ ਆਪਾਂ ਚੱਲਦੇ ਹਾਂ, ਤੁਹਾਨੂੰ ਨਾਲ ਨਾਲ ਦਿਖਾਉਂਦੇ ਹਾਂ ਜੀ। ਹਾਂਜੀ, ਚੱਲਦੇ ਹਾਂ ਜੀ। ਜ਼ਿਆਦਾ ਟਾਈਮ ਨਾ ਲੈਂਦੇ, ਤਲਾਬ ਦੇ ਅੰਦਰ ਜੋ ਕੰਮ ਚੱਲ ਰਿਹਾ ਐਂਟਰੀ ਕਰਦੇ ਹਾਂ। ਹਾਂਜੀ, ਕਰੀ ਐਂਟਰੀ? ਬਿਲਕੁਲ ਜੀ, ਬਿਲਕੁਲ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਜੀ, ਤੁਸੀਂ ਚੱਲ ਕੇ ਆਏ ਹੋ ਔਰ ਬੜਾ ਅੱਛਾ ਲੱਗ ਰਿਹਾ ਜੀ ਮੈਨੂੰ, ਦਿਲੋਂ ਖੁਸ਼ੀ ਹੈ। ਔਰ ਸਭ ਤੋਂ ਪਹਿਲਾਂ ਦੇਖੋ ਇਹਦੀ ਕੰਡੀਸ਼ਨ ਅੱਜ ਦੀ ਡੇਟ ਵਿੱਚ, ਤੁਸੀਂ ਜ਼ਰੂਰ ਦਿਖਾਓ ਕਿ ਅੱਜ ਦੀ ਡੇਟ ਵਿੱਚ ਫਿਲਹਾਲ ਤਾਂ ਹਲੇ ਮੇਨਟੇਨੈਂਸ ਚੱਲ ਰਹੀ ਹੈ। ਆਹ ਇੱਟਾਂ ਕੁਛ ਇੱਥੇ ਪਈਆਂ ਸੀਗੀਆਂ, ਇਹਨੂੰ ਅਸੀਂ ਇੱਥੇ ਸੈੱਟ ਕਰਾਂਗੇ। ਅਤੇ ਆਹ ਜਿਹੜਾ ਪਾਰਕ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਚਲੋ ਜੀ ਨਾਲ ਨਾਲ ਚੱਲਦੇ। ਹੋਰ ਗੱਲ ਹੈ, ਦੇਖੋ ਕਿ ਐਂਟਰੀ ਜੋ ਇਸ ਅੱਗੇ ਕੋਈ ਗੇਟ ਵੀ ਲੱਗਿਆ ਸੀ, ਕਿਸੇ ਤਰ੍ਹਾਂ ਸੀਗਾ? ਹਲੇ ਫਿਲਹਾਲ ਤਾਂ ਗੇਟ ਕੋਈ ਨਹੀਂ ਸੀਗਾ, ਆਹ ਵਾਲੇ ਪਿੱਲਰ ਸੀਗੇ ਜਿਹੜੇ ਮੇਨ ਪੁਰਾਣੇ ਸੀਗੇ। ਹੁਣ ਸਾਨੂੰ ਆਹ ਜਗ੍ਹਾ ਵਾ, ਇੱਥੇ ਅਸੀਂ ਗੇਟ ਲਾਵਾਂਗੇ ਛੋਟਾ ਜਿਹਾ ਦੇ ਨਾਲ। ਆਹ ਦੇਖੋ ਤੁਸੀਂ ਪਿੱਲਰ ਜਿਹੜੇ ਪੁਰਾਣੇ ਮਨਾਰ ਨੇ ਦੇਖਣ ਵਾਲੇ ਨੇ। ਬਿਲਕੁਲ, ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ, ਇਸ ਜੋ ਇੱਕ ਤਲਾਬ ਹੈ ਅਸੀਂ ਇਸ ਦੇ ਵਿੱਚ ਐਂਟਰੀ ਕਰ ਚੁੱਕੇ ਹਾਂ, ਔਰ ਪੁਰਾਣੀਆਂ ਇੱਟਾਂ ਤੁਸੀਂ ਦੇਖ ਸਕਦੇ ਹੋ ਜੋ ਕਨਾਨਕ ਸ਼ਾਹੀ ਇੱਟ ਕਿਹਾ ਜਾਂਦਾ ਕਾਫੀ ਜ਼ਿਆਦਾ ਪੁਰਾਣੀ ਇੱਟ ਹੈ। ਪਰ ਖਾਸ ਗੱਲ ਹੈ ਕਿ ਜੋ ਇੱਟ ਹੈ ਅੱਜ ਵੀ ਉਹ ਪੂਰੀ ਤਰ੍ਹਾਂ ਜਿਵੇਂ ਕਹਿ ਸਕਦੇ ਹਾਂ ਕਿ ਸਹੀ ਹੈ, ਔਰ ਜੋ ਰਿਪੇਅਰ ਕੀਤੀ ਜਾ ਰਹੀ ਹੈ ਉਹ ਵੀ ਨਾਨਕ ਸ਼ਾਹੀ ਇੱਟਾਂ ਦੇ ਨਾਲ ਕੀਤੀ ਜਾ ਰਹੀ ਹੈ। ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੋ ਪੁਰਾਣੀ ਚੀਜ਼ ਸੀ ਕਿੰਨੀ ਕਾਮਯਾਬ ਸੀ, ਅੱਜ ਵੀ ਉਹ ਉਸ ਤਰ੍ਹਾਂ ਖੂਬਸੂਰਤ ਉਸਦੀ ਦਿੱਖ ਦਿਸ ਰਹੀ ਹੈ। ਬਿਲਕੁਲ ਹਰਦੀਪ ਜੀ, ਮੈਂ ਤੁਹਾਡੀ ਇਸ ਗੱਲ ਦੇ ਨਾਲ ਸਹਿਮਤ ਹਾਂ। ਮਤਲਬ ਤੁਹਾਨੂੰ ਦੱਸ ਰਿਹਾ ਕਿ ਬਿਲਕੁਲ ਅਸੀਂ ਇਹ ਜਿਹੜੀ ਇੱਟ ਆ ਤੁਸੀਂ ਆ ਦੇਖੋਗੇ, ਇਹ ਜਿਹੜੀ ਇੱਟ ਆ ਅਸੀਂ ਔਰ ਇਹੀ ਇੱਟ ਦੇ ਨਾਲ ਨਾਨਕ ਸ਼ਾਹੀ ਦੇ ਨਾਲ ਹੀ ਰਿਪੇਅਰ ਕਰਾਉਣੀ ਆ। ਜੇ ਅਸੀਂ ਚਾਹੁੰਦੇ ਇਹਨੂੰ ਵੱਡੀਆਂ ਇੱਟਾਂ ਨਾ ਕਰਦੇ ਤਾਂ ਇਹਦੀ ਲੁੱਕ ਜਿਹੜੀ ਆ ਉਹ ਚੇਂਜ ਹੋ ਜਾਣੀ, ਪੁਰਾਣੀ ਚੀਜ਼ ਲੱਗਣੀ ਸੀ। ਚਾਹੇ ਜਿੰਨੀ ਵੀ ਲੇਬਰ ਆ ਰਹੀ ਆ, ਜਦੋਂ ਜਿੰਨਾ ਵੀ ਉਹ ਕਰ ਰਿਹਾ ਮਿਹਨਤ ਕਰ ਰਿਹਾ, ਪਰ ਅਸੀਂ ਇਹਦੀ ਸਾਰੀ ਇੱਟ ਆ ਤੁਸੀਂ ਦੇਖੋ, ਅਸੀਂ ਪੁਰਾਣੀ ਇੱਟ ਦੇ ਨਾਲ ਹੀ ਆਹ ਜਿਹੜੀ ਆ ਇੰਨੀ ਤੁਸੀਂ ਆ ਦੇਖੋ ਇੰਨਾ ਹਿੱਸਾ ਹੋ ਚੁੱਕਾ, ਆਹ ਥੋੜ੍ਹਾ ਰਹਿੰਦਾ ਇੱਥੋਂ ਸਾਰਾ ਹੋ ਚੁੱਕਾ, ਔਰ ਉਹ ਜਿਹੜਾ ਹਿੱਸਾ ਤੁਸੀਂ ਉਹ ਦਿਖਾਓ ਜੀ ਉਹਨਾਂ ਨੂੰ ਉੱਧਰ, ਉਹ ਦੇਖੋ ਉੱਥੇ ਮੇਨਟੇਨੈਂਸ ਚੱਲ ਰਹੀ ਹੈਗੀ ਹੈ। ਬਹੁਤ ਅੱਛੇ ਕਾਰੀਗਰ ਹੈ ਜੀ, ਸੀਨੀਅਰ ਕਹਿ ਸਕਦੇ ਹਾਂ, ਜਿਨ੍ਹਾਂ ਦਾ ਤਜਰਬਾ ਬਹੁਤ ਬਹੁਤ ਤਜਰਬਾ ਹੈ ਜੀ ਇਹਨਾਂ ਨੂੰ। ਬੜੇ ਹੀ ਠੰਡੇ ਸੁਭਾਅ ਦੇ ਨਾਲ ਲੱਗੇ ਆ, ਦਿਨ ਰਾਤ ਮਤਲਬ ਕਹਿ ਲਓ ਵੀ ਧੁੱਪ ਨਹੀਂ ਦੇਖਦੇ, ਛਾਂ ਨਹੀਂ ਦੇਖਦੇ, ਬੜੇ ਹੀ ਵਧੀਆ ਬੜੇ ਵਧੀਆ ਸਾਨੂੰ ਕਾਰੀਗਰ ਮਿਲੇ ਆ, ਜਿਹੜੇ ਸਾਨੂੰ ਤੰਗ ਵੀ ਨਹੀਂ ਕਰਦੇ ਧੁੱਪ ਦੇ ਵਿੱਚ। ਨਿੱਕੀਆਂ ਇੱਟਾਂ ਦਾ ਕੰਮ ਕਰਨਾ ਬੜਾ ਮੁਸ਼ਕਿਲ ਹੁੰਦਾ, ਕਿਉਂਕਿ ਕੰਮ ਨਿੱਕੀ ਨਿੱਕੀ ਇੱਟ ਦੇ ਨਾਲ ਚਲਾਉਣਾ ਬੜਾ ਔਖਾ। 8 ਇੱਟਾਂ ਲਾਈਏ ਫਿਰ 1 ਇੱਟ ਦਾ ਕੰਮ ਕਰਦੀ ਹੈ। ਔਰ ਆਹ ਦੇਖੋ ਇਹ ਸਟੇਜ ਹੈ, ਕੁਛ ਇਹਦੀਆਂ ਜੇ ਤੁਸੀਂ ਆਹ ਵਾਲੀਆਂ ਨੀਆਂ ਨੂੰ ਦਿਖਾਓ ਜੀ, ਆਹ ਪਿੱਲਰਾਂ ਤੋਂ ਤੁਸੀਂ ਆਹ ਨੀਆਂ ਤੋਂ ਦੇਖ ਸਕਦੇ ਹੋ, ਆਹ ਨੀ ਉਹ ਨੀ ਤੋਂ ਇਹ ਜਿਹੜਾ ਸੀ ਇਹ ਕਮਰਾ ਸੀਗਾ, ਇਹ ਕਮਰਾ ਸੀਗਾ ਜੀ ਲੇਡੀਜ਼ ਦੇ ਨਹਾਉਣ ਵਾਸਤੇ। ਹਾਂਜੀ, ਪਾਣੀ ਸਟੋਰ ਹੋ ਜਾਂਦਾ ਸੀਗਾ, ਪਾਣੀ ਦੇ ਨਾਲ ਤੁਸੀਂ ਕੱਪੜੇ ਧੋਵੋ, ਤੁਸੀਂ ਪਾਣੀ ਨੂੰ ਲਿਜਾ ਕੇ ਵਰਤੋ। ਅਤੇ ਜੇ ਜਿਹੜੇ ਜੈਂਟਸ ਬਾਹਰ ਨਹਾ ਲੈਂਦੇ ਹੋਣਗੇ ਪੱਕਾ, ਅਤੇ ਲੇਡੀਜ਼ ਵਾਸਤੇ ਇਹ ਜਿਹੜਾ ਬਣਿਆ ਹੋਇਆ ਸੀਗਾ, ਪਰ ਇਹਦੀ ਦੇਖ ਰੇਖ ਨਾ ਹੋਣ ਕਰਕੇ ਇੱਥੇ ਜਿੰਨੀ ਵੀ ਇੱਟ ਸੀਗੀ ਉਹ ਲੋਕ ਲਿਜਾ ਕੇ ਰੋੜੀ ਰੋੜੀ ਕੁੱਟ ਲਈ, ਕਿਉਂਕਿ ਕੇਅਰ ਨਹੀਂ ਹੋਈ ਪਹਿਲਾਂ। ਇੱਕ ਸਰ ਹੋਰ ਗੱਲ ਹੈ ਕਿ ਦੇਖੋ ਕਿ ਅੱਗੇ ਇੱਟਾਂ ਤੁਹਾਡਾ ਨਿਸ਼ਾਨ ਲੱਗਿਆ ਹੋਇਆ, ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਦਿਖਾ ਦੇਵੇ, ਉਸ ਤੋਂ ਕੋਈ ਚੀਜ਼ ਲੱਗੀ ਹੋਈ ਸੀ ਕਿ ਇਸ ਤਰ੍ਹਾਂ ਸੀਗੇ? ਬਿਲਕੁਲ ਇੱਟਾਂ ਹੀ ਸੀਗੀਆਂ ਜੀ, ਇਹ ਸਾਰੀਆਂ ਨਿੱਕੀਆਂ ਇੱਟਾਂ ਦੇ ਨਾਲ ਹੀ ਬਣਿਆ ਹੋਇਆ ਸੀਗਾ। ਇਹ ਰੂਮ ਸੀਗਾ ਜਿਹੜੇ ਪੁਰਾਣਿਆਂ ਨੇ ਦੇਖਿਆ, ਪੁਰਾਣਾ ਕਮਰਾ ਕਮਰਾ ਸੀਗਾ ਜਿਹਦੇ ਵਿੱਚ ਤੁਸੀਂ ਮਤਲਬ ਲੇਡੀਜ਼ ਮਤਲਬ ਨਹਾ ਸਕਦੀਆਂ ਸੀ, ਕਿਉਂਕਿ ਉੱਥੇ ਫਿਰ ਪਰਦਾ ਹੋਣਾ ਜ਼ਰੂਰੀ ਹੁੰਦਾ। ਜਿੱਥੇ ਉਦੋਂ ਵੀ ਜਿੱਦਾਂ ਅੱਜ ਵੀ ਆਪਾਂ ਕਿਤੇ ਜਾਂਦੇ ਹਾਂ ਲੇਡੀਜ਼ ਵਾਸਤੇ ਅਲੱਗ ਬਣਿਆ ਹੁੰਦਾ, ਉਦੋਂ ਵੀ ਦੇਖ ਲਓ ਉਹਨਾਂ ਨੇ ਪੂਰਾ ਬਣਾਇਆ ਹੋਇਆ ਸੀਗਾ। ਦੇਖਣ ਵਾਲੀ ਚੀਜ਼ ਆ ਜਿਹੜੀ ਜੀ ਅੱਗੇ ਤੁਹਾਨੂੰ ਹੁਣ ਮੈਂ ਦਿਖਾ ਰਿਹਾ, ਇਹ ਹੈਗੀ ਹੈ ਜੀ ਮੇਨ ਸੁਰੰਗ ਹੀ ਆ ਜੀ ਜਿਹੜੀ। ਹਾਂਜੀ, ਇਹ ਤੁਸੀਂ ਦਿਖਾਓ ਜੀ ਕੈਮਰਾਮੈਨ ਜੀ, ਇਹ ਜਿਹੜੀ ਸੁਰੰਗ ਹੈ ਇਹ ਪੌੜੀਆਂ ਦੇ ਵਿੱਚ ਦੀ ਪਾਰ ਜਾਂਦੀ ਹੈ ਜੀ, ਦੇਖੋ ਤੁਸੀਂ, ਔਰ ਹੋ ਸਕਦਾ ਕਿ ਕੈਮਰੇ ਦੇ ਵਿੱਚ ਆ ਵੀ ਜਾਵੇ, ਲਓ ਜੀ। ਔਰ ਉਦੋਂ ਦੀ ਜੇ ਆਪਾਂ ਦੇਖਾਂਗੇ ਇੱਕ ਦੂਜੇ ਨੂੰ ਦੇਖ ਸਕਦੇ ਹਾਂ, ਆਰ ਪਾਰ ਦਿਖਦੀ ਆ, ਠੀਕ ਹੈ। ਪਰ ਪੱਥਰ ਦਾ ਰੂਪ ਆਕਾਰ ਦਾ ਜੋ ਪਿਆ ਹੈਗਾ ਇਸ ਨੂੰ ਕੀ ਕਹਿ ਸਕਦੇ ਹਾਂ, ਕਿਤੇ ਇਸ ਦੇ ਉੱਪਰੀ ਸਨਾਈ ਚਿਣਾਈ ਕੀਤੀ? ਬਿਲਕੁਲ ਜੀ, ਦੇਖੋ ਆਹ ਰੈੱਡ ਕਲਰ ਦਾ ਪੱਥਰ ਹੈ ਜੀ, ਔਰ ਇਸ ਪੱਥਰ ਦੇ ਉੱਤੇ 1, 2, 3, 4 ਪੌੜੀਆਂ, ਚਾਰੇ ਪੌੜੀਆਂ ਇੱਟਾਂ ਦੇ, ਇੰਨਾ ਵਜ਼ਨ ਚੱਕੀ ਬੈਠਾ ਜੀ ਇਹ ਇੱਕ ਪੱਥਰ। ਅੱਜ ਕੋਈ ਵੀ ਪੱਥਰ ਦੀ ਸਲੈਬ ਇੰਨਾ ਪੱਥਰ ਨਹੀਂ ਚੱਕ ਸਕਦੀ, ਪਤਾ ਨਹੀਂ ਕਿੱਥੋਂ ਪੱਥਰ ਅਰੇਂਜ ਕੀਤਾ ਹੋਊਗਾ, ਕਿੰਨੀ ਵਧੀਆ ਸਲੈਬ ਬਣਾਈ ਹੋਈ ਆ। ਔਰ ਆਪਾਂ ਹੁਣ ਨਾਲ ਨਾਲ ਇੱਕ ਵਾਰੀ ਤੁਹਾਡੀ ਥੋੜ੍ਹੀ ਜਿਹੀ ਇੰਟਰਵਿਊ ਆਪਾਂ ਕਾਰੀਗਰ ਦੀ ਵੀ ਚਾਹਵਾਂਗੇ, ਵੀ
ਜਿਹੜਾ ਅੱਜ ਇੰਨੀ ਮਿਹਨਤ ਕਰ ਰਿਹਾ ਹਾਂਜੀ ਉਹਦੀ ਵੀ ਜ਼ਰੂਰ ਹੋਣੀ ਚਾਹੀਦੀ ਹੈ ਬਾਈਟ। ਆਪਾਂ ਚੱਲਦੇ ਹਾਂ ਜੀ ਉਹਨਾਂ ਦੇ ਕੋਲ, ਤੁਸੀਂ ਦਿਖਾਓ ਜੀ ਕੰਮ ਉਹਨਾਂ ਦਾ ਚੱਲ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇਹ ਕੰਮ ਵੀ ਚੱਲ ਰਿਹਾ ਕਾਰੀਗਰ ਆਪਣਾ ਜੋ ਕੰਮ ਹੈ ਲਗਾਤਾਰ ਕਰ ਰਹੇ ਨੇ, ਉਹੀ ਜੋ ਪੁਰਾਣੀ ਇੱਟ ਨਾਨਕ ਸ਼ਾਹੀ ਇੱਟ ਦੇ ਨਾਲ ਇਹ ਕੰਮ ਸਾਰਾ ਚੱਲ ਰਿਹਾ, ਲਗਾਤਾਰ ਮਿਹਨਤ ਜਾਰੀ ਹੈ ਤਾਂ ਜੋ ਇਸ ਥਾਂ ਨੂੰ ਇੱਕ ਵਧੀਆ ਦਿੱਖ ਦਿੱਤੀ ਜਾ ਸਕੇ। ਬਾਪੂ ਜੀ ਸਤਿ ਸ਼੍ਰੀ ਅਕਾਲ। ਬਾਪੂ ਜੀ ਸਭ ਤੋਂ ਪਹਿਲਾਂ ਆਪਣਾ ਨਾਂ ਦੱਸੋ ਜੀ ਤੁਸੀਂ, ਬਾਪੂ ਜੀ ਦੇ ਰੱਖੋ। ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਆਪਣਾ ਮੈਦਪੁਰ ਤੋਂ ਹੀ ਤੁਸੀਂ? ਨਹੀਂ ਜੀ ਮੈਂ ਬੁਲੰਦੇ ਤੋਂ। ਬੁਲੰਦੇ ਤੋਂ ਤੁਸੀਂ? ਇਹਨੂੰ ਦੇਖੋ ਬਾਪੂ ਜੀ ਕੈਮਰੇ। ਕਿੰਨਾ ਟਾਈਮ ਹੋ ਗਿਆ ਤੁਸੀਂ ਕੰਮ ਕਰ ਰਹੇ ਹੋ ਇੱਥੇ? ਇੱਥੇ ਕੰਮ ਕਰਦੇ ਨੂੰ ਮੈਨੂੰ 1 ਮਹੀਨਾ ਹੋ ਹੀ ਚੱਲਿਆ। 1 ਮਹੀਨਾ ਹੋ ਗਿਆ, ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ? ਨਹੀਂ ਨਹੀਂ ਹਜੇ ਤਾਂ ਨਹੀਂ। ਕੰਮ ਤਾਂ ਤੁਸੀਂ ਪਹਿਲਾਂ ਵੀ ਕਰਦੇ ਹੋਵੋਗੇ ਪਰ ਇਹ ਥੋੜ੍ਹਾ ਅਲੱਗ ਤਰੀਕੇ ਦਾ ਕੰਮ ਹੈ, ਕਿੱਦਾਂ ਦਾ ਲੱਗ ਰਿਹਾ? ਇਹ ਕੰਮ ਹੈ ਤਾਂ ਚਲੋ ਠੀਕ ਹੀ ਹੈ ਪਰ ਜਾਨੀ ਜੇ ਆਪਾਂ ਕਹੀਏ ਕਿ ਜਲਦਬਾਜ਼ੀ ਨਾਲ ਨਿਬੜ ਜਾਵੇ ਤਾਂ ਨਹੀਂ, ਯਾਨੀ ਕਿ ਹੌਲੀ ਕੰਮ ਚੱਲ ਸਲੋ ਸਪੀਡ ਚੱਲਣਾ। ਹਾਂਜੀ ਠੀਕ ਹੈ। ਅਤੇ ਕਦੋਂ ਤੁਸੀਂ ਇੱਥੇ ਕੰਮ ਕਰਨ ਆਏ ਸੀ, ਉਦੋਂ ਕਿੱਦਾਂ ਦੇ ਹਾਲਾਤ ਸੀ ਇੱਥੇ? ਉਦੋਂ ਹੁਣ ਤੁਹਾਡੇ ਸਾਹਮਣੇ ਹੈ ਸਾਰਾ ਕੁਛ ਸਾਰਾ ਪਟਿਆ ਸੀਗਾ। ਹਾਂਜੀ। ਅਤੇ ਉਸ ਤੋਂ ਬਾਅਦ ਕਿੰਨਾ ਕੰਮ ਹੋ ਚੁੱਕਿਆ ਜੀ? ਉਸ ਤੋਂ ਬਾਅਦ ਇਹ ਉੱਧਰ 4 ਸਟੈਪ ਉਹ ਕੀਤੇ ਆ। ਹਾਂਜੀ। ਅਤੇ ਆਹ ਸਿੰਗਲ ਸਟੈਪ ਲੈ ਕੇ ਆ ਰਹੇ ਹਾਂ। ਠੀਕ ਹੈ। ਜਿੱਦਾਂ 1 ਸਟੈਪ ਦੀ ਆਪਾਂ ਗੱਲ ਕਰਦੇ ਹਾਂ ਕਿੰਨੇ ਟਾਈਮ 'ਚ ਪੂਰਾ ਬਣ ਜਾਂਦਾ ਜੀ? 1 ਸਟੈਪ 'ਚ ਜੇ ਤਾਂ ਆਪਣਾ ਇੱਦਾਂ ਦਾ 1 ਮਹੀਨਾ ਲੱਗ ਜਾਂਦਾ ਕੰਪਲੀਟ ਕਰਨ 'ਤੇ। ਠੀਕ ਹੈ। ਕਹਿੰਦੇ ਕਿ ਛੋਟੀ ਹੇਟ ਦਾ ਕੰਮ ਹੈ, ਪਹਿਲਾਂ ਵੀ ਇਸ ਤਰ੍ਹਾਂ ਦਾ ਕਦੇ ਕੰਮ ਮਿਲਿਆ ਕਿ ਪਹਿਲੀ ਵਾਰ ਕਰ ਰਹੇ ਹਾਂ? ਅਤੇ ਪਹਿਲੀ ਵਾਰੀ ਕਰ ਰਹੇ ਹਾਂ ਜੀ, ਪਰ ਮੈਨੂੰ ਕੰਮ ਕਰਦੇ ਨੂੰ ਤਕਰੀਬਨ ਮੈਨੂੰ ਆਪ ਨੂੰ ਨਹੀਂ ਯਾਦ, ਠੀਕ ਹੈ, ਤਕਰੀਬਨ 65 ਸਾਲ ਤਾਂ ਹੋ ਹੀ ਗਏ ਹੋਣੇ ਅਤੇ ਇੰਨੀ ਕਿ ਮੇਰੀ ਏਜ ਦੇ ਹਿਸਾਬ ਨਾਲ ਲਾ ਲਓ। ਹਾਂਜੀ। ਕਿ ਮੈਂ ਬਚਪਨ ਤੋਂ ਹੀ ਇੱਕ ਇਹਦਾ ਕੰਮ ਕਰ ਰਿਹਾ, 10 ਸਾਲ ਦੀ ਉਮਰ 'ਚੋਂ ਇਹ ਕੰਮ ਕਰ ਰਿਹਾ। ਜੋ ਅੱਜ ਕੱਲ੍ਹ ਤਾਂ ਨਵੀਆਂ ਇੱਟਾਂ ਆ ਗਈਆਂ, ਵੱਡੀਆਂ ਇੱਟਾਂ, ਔਰ ਛੋਟੀਆਂ ਇੱਟਾਂ 'ਚ ਕਿੰਨਾ ਕੁ ਫਰਕ ਲੱਗਦਾ, ਕੰਮ ਸੌਖਾ ਕਿਹੜਾ ਲੱਗਦਾ ਦੋਨਾਂ ਦੇ ਵਿੱਚੋਂ ਹੀ? ਸੌਖਾ ਤਾਂ ਵੇਖੋ ਜੀ ਕੋਈ ਵੀ ਕੰਮ ਨਹੀਂ ਗਾ, ਸੌਖਾ ਜਿਹੜਾ ਕੰਮ ਹੈ ਅਤੇ ਆਪਾਂ ਜਿੰਨੀ ਕਿ ਮਿਹਨਤ ਕਰਾਂਗੇ। ਹੁਣ ਵੱਡੀਆਂ ਇੱਟਾਂ ਆ ਰਹੀਆਂ, ਉਹ ਆਪਾਂ ਇੱਕ ਇੱਟ ਲਾਵਾਂਗੇ, ਇਹ ਆਪਾਂ ਨੂੰ 8 ਇੱਟ ਲਾਉਣੀ ਪੈਂਦੀ ਹੈ, ਯਾਨੀ ਕਿ ਇੱਥੇ ਮਿਹਨਤ ਜ਼ਿਆਦਾ ਹੁੰਦੀ ਹੈ। ਇੱਥੇ ਮਿਹਨਤ ਹੁਣ 8 ਇੱਟਾਂ ਜਿੰਨਾ ਟਾਈਮ, 8 ਜ਼ਿਆਦਾ ਕੰਮ ਲੱਗੂਗਾ ਟਾਈਮ। ਤੁਸੀਂ ਵੀ ਕਾਫੀ ਟਾਈਮ ਇਹ ਕੰਮ ਕਰਦੇ ਆ ਰਹੇ ਹੋ ਅਤੇ ਮਜ਼ਬੂਤੀ ਇਹ ਕੰਮ ਦੀ ਸੀ ਜੋ ਅੱਜ ਕੱਲ੍ਹ ਕੰਮ ਚੱਲ ਰਿਹਾ, ਮਜ਼ਬੂਤੀ ਉਸ ਦੀ ਹੈ ਜੀ? ਮਜ਼ਬੂਤੀ ਇਸ ਦੀ ਵੀ ਵੇਖੋ ਹੁਣ ਪਤਾ ਨਹੀਂ ਇਹ ਕਦੋਂ ਦਾ ਬਣਿਆ, ਮਜ਼ਬੂਤੀ ਹੈਗੀ ਤਾਂ ਟਿਕਿਆ ਹੋਇਆ, ਮਜ਼ਬੂਤੀ ਜ਼ਿਆਦਾ ਸੀਗੀ। ਹਾਂਜੀ ਮਜ਼ਬੂਤੀ ਹੈਗੀ ਕਰਕੇ ਟਿਕਿਆ ਹੋਇਆ। ਬਿਲਕੁਲ ਜੀ। ਇਹ ਜੇ ਹੁਣ ਸਾਨੂੰ ਕੰਮ ਕਰ ਰਹੇ ਉਹਨਾਂ ਨਾਲ ਵੀ ਗੱਲਬਾਤ ਕੀਤੀ, ਇਸ ਤੋਂ ਬਾਅਦ ਦੁਬਾਰਾ ਰਜੇਸ਼ ਸੂ ਜੀ ਨਾਲ ਲੈ ਚੱਲਦੇ ਹਾਂ। ਹਾਂਜੀ ਸਰ, ਹੋਰ ਦੇਖੋ ਜੀ, ਖੁਸ਼ੀ ਵਾਲੀ ਗੱਲ ਇਹ ਆ ਕਿ ਸਾਨੂੰ ਇੱਕ ਬਹੁਤ ਠੰਡੇ ਸੁਭਾਅ ਵਾਲੇ, ਬਹੁਤ ਅੱਛੇ ਸੁਭਾਅ ਵਾਲੇ, ਜਿਹੜੇ ਮਤਲਬ ਕੋਈ ਕੰਪਲੇਂਟ ਹੀ ਨਹੀਂ ਕਰਦੇ, ਜਿੱਦਾਂ ਤੁਹਾਨੂੰ ਪਤਾ ਸਾਂਝੀ ਜਗ੍ਹਾ ਵਾ, ਕੋਈ ਚਾਹ ਪਾਣੀ ਦਾ ਵੀ ਉਨਾ ਵਧੀਆ ਅਸੀਂ ਨਹੀਂ ਅਰੇਂਜਮੈਂਟ ਕਰ ਪਾਉਂਦੇ, ਪਰ ਫਿਰ ਵੀ ਬੜੀ ਹੀ ਖੁਸ਼ੀ ਅਤੇ ਲਗਨ ਦੇ ਨਾਲ ਲੱਗੇ ਹੋਏ ਨੇ, ਬੜੀ ਇਮਾਨਦਾਰੀ ਨਾਲ ਲੱਗੇ ਹੋਏ ਨੇ। ਇਹਨਾਂ ਦਾ ਅਸੀਂ ਆਪਣੀ ਕਮੇਟੀ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਜੀ, ਇੰਨੇ ਮਿਹਨਤ ਦੇ ਨਾਲ ਇੰਨੀ ਗਰਮੀ ਦੇ ਵਿੱਚ ਦਿਨ ਰਾਤ ਸੇਵਾ ਕਰ ਰਿਹਾ ਜੀ, ਇਹਨਾਂ ਦਾ ਧੰਨਵਾਦ ਹੈ। ਤੁਹਾਡੇ ਚੈਨਲ ਦੇ ਰਾਹ ਨਾਲ ਅਸੀਂ ਇਹਨਾਂ ਦਾ ਜਿੰਨੀ ਵੀ ਇਹਨਾਂ ਦੀ ਵਰਕਰ ਆ, ਤੁਸੀਂ ਉੱਧਰ ਦੇਖਿਓ ਜੀ ਉਹ ਲੱਗੇ ਹੋਏ ਆ। ਬਾਕੀ ਕੁਛ ਇਹ ਵੀ ਤੁਹਾਨੂੰ ਦੱਸ ਦਿੰਦੇ ਕਿ ਜਦੋਂ ਇਹ ਆ ਕੇ ਕੰਮ ਕਰਦੇ ਆ, ਅਸੀਂ ਆਪਣੇ ਜਿੰਨੇ ਗਰੁੱਪ ਆ ਸਾਡਾ ਮੁੰਡਿਆਂ ਦਾ, ਵਾਲੀਬਾਲ ਵਾਲਿਆਂ ਦਾ, ਸਾਡਾ ਦੋਸਤ, ਅਸੀਂ ਇਹਨਾਂ ਦੇ ਆਉਣ ਤੋਂ ਪਹਿਲਾਂ ਜੋ ਇਹਨਾਂ ਨੇ ਕੰਮ ਕਰਨਾ ਹੁੰਦਾ ਨਾ, ਅਸੀਂ ਇਹਨਾਂ ਨੂੰ ਇੱਟ ਪਹਿਲਾਂ ਪ੍ਰੋਵਾਈਡ ਕਰ ਦੇਈ ਦੀ ਆ। ਇੱਟ ਇੱਥੇ ਪ੍ਰੋਵਾਈਡ ਕਰ ਦੇਈ ਦੀ ਆ, ਉੱਥੋਂ ਇੱਟ ਪੱਟ ਕੇ ਇੱਥੇ ਰੱਖ ਕੇ ਉਹਨੂੰ ਥੋੜ੍ਹਾ ਸਾਫ਼ ਕਰਕੇ ਉਹਨੂੰ ਪਾਣੀ ਨਾਲ ਧੋ ਦੇਈਦਾ, ਤਾਂ ਜੋ ਇਹਨਾਂ ਦਾ ਕੰਮ ਥੋੜ੍ਹਾ ਆਸਾਨ ਹੋ ਜਾਵੇ। ਦੇਖੋ ਜੀ, ਇੱਕ ਨਾਮ ਦੁਬਾਰਾ ਦੱਸ ਦਿਓ ਜਿਹਨਾਂ ਦੀ ਇਹ ਥਾਂ ਸੀਗੀ। ਇਹ ਥਾਂ ਸੀਗੀ ਜੀ, ਸੁਣਨ ਮੁਤਾਬਕ ਪੋਲੋ ਮੱਲ ਸੀਗਾ ਜੀ, ਪੋਲੋ ਮੱਲ ਸੀ ਉਹਨਾਂ ਦੀ। ਇੱਥੇ ਮੈਦਪੁਰ ਦੇ ਵਿੱਚ ਹੋਰ ਵੀ ਜਗ੍ਹਾ ਕੋਈ ਹੈਗੀ? ਉਹਨਾਂ ਦੀ ਇੱਕ ਜਗ੍ਹਾ ਤੁਹਾਨੂੰ ਦੱਸਿਆ ਜੀ, ਰਵਿਦਾਸ ਮੰਦਿਰ ਦੇ ਸਾਹਮਣੇ ਆ ਜੀ, ਇੱਦਾਂ ਦਾ ਹੀ ਸਰੋਵਰ ਆ ਉੱਥੇ ਵੀ, ਠੀਕ ਹੈ। ਉਹਦੀ ਵੀ ਹਾਲਤ ਜੇ ਕਿਤੇ ਹੁਣ ਤੁਸੀਂ ਚਾਹੋ ਤਾਂ ਆਪਾਂ ਤੁਹਾਨੂੰ ਦਿਖਾ ਸਕਦੇ ਹਾਂ, ਤੁਹਾਨੂੰ ਦਿਖਾਉਣੀ ਵੀ ਚਾਹੀਦੀ ਹੈ ਕਿ ਇੱਕ ਦੀ ਹਾਲਤ ਉਹ ਹੈ, ਇੱਕ ਨੂੰ ਆਹ ਬਣਾ ਦਿੱਤਾ, ਔਰ ਜੇ ਸਾਨੂੰ ਮੈਦਪੁਰ ਦਾ ਸਹਿਯੋਗ ਇੱਦਾਂ ਹੀ ਰਿਹਾ ਅਤੇ ਆਉਣ ਵਾਲੇ ਸਮੇਂ 'ਚ ਇਹਨੂੰ ਮਿੰਨੀ ਵੰਡਰਲੈਂਡ ਦਾ ਸਾਡਾ ਸੁਪਨਾ ਹੈ ਜੀ, ਇਹਨੂੰ ਅਸੀਂ ਮਿੰਨੀ ਵੰਡਰਲੈਂਡ ਬਣਾਈਏ ਬੱਚਿਆਂ ਲਈ, ਚਿਲਡਰਨ ਪਾਰਕ। ਦੇਖੋ ਜੀ, ਇਹੋ ਜਿਹੇ ਜਦੋਂ ਥਾਵਾਂ ਦਾ ਨਿਰਮਾਣ ਕਰਨਾ ਹੁੰਦਾ, ਪੁਰਾਣੇ 'ਚ ਨਵਾਂ ਬਣਾਉਣਾ ਤਾਂ ਪੈਸਾ ਵੀ ਲੱਗਦਾ, ਫਿਰ ਪੈਸੇ ਦਾ ਪ੍ਰਬੰਧ ਤੁਸੀਂ ਕਿੱਦਾਂ? ਪੈਸੇ ਜੀ, ਸਭ ਤੋਂ ਪਹਿਲਾਂ ਤਾਂ ਧੰਨਵਾਦ ਆ ਜੀ ਸਾਡੇ ਜਨਕ ਰਾਜ ਸਰੋਆ ਜੀ, ਉਹ ਸਾਡੇ ਕਮੇਟੀ ਦੇ ਪ੍ਰਧਾਨ ਨੇ, ਉਹ ਕਦੀ ਕਿਸੇ ਨੂੰ ਮੰਗਣ ਦੀ ਛੇਤੀ ਇਜਾਜ਼ਤ ਹੀ ਨਹੀਂ ਦਿੰਦੇ, ਉਹ ਆਪ ਹੀ ਬੜੇ ਸੋਲਿਡ ਨੇ, ਉਹ ਕਹਿੰਦੇ ਜੀ ਤੁਸੀਂ ਕੰਮ ਕਰੀ ਚਲੋ, ਅਸੀਂ ਬੈਠੇ ਹਾਂ, ਬਾਕੀ ਵਾਹਿਗੁਰੂ ਆਪਣੇ ਨਾਲ ਆ, ਸਾਨੂੰ ਪੈਸੇ ਦੀ ਕਮੀ ਤੋਂ ਕੰਮ ਨਹੀਂ ਰੁਕੇਗਾ, ਕੰਮ ਇੱਦਾਂ ਹੀ ਨਿਰੰਤਰ ਚੱਲੇਗਾ, ਕਿਉਂਕਿ ਸਾਡੇ ਸਾਰੇ ਯਾਰ ਦੋਸਤ ਮਿੱਤਰ ਅੱਜ ਵਿਦੇਸ਼ਾਂ 'ਚ ਬੈਠੇ ਆ, ਉਹਨਾਂ ਵੱਲੋਂ ਸਾਨੂੰ ਭਰਮਾ ਹੰਗਾਰਾ ਵੀ ਸੂ ਤੂੰ ਜੋ ਕਰਨਾ ਕਰਦੇ ਆਪਾਂ ਤੇਰੇ ਨਾਲ ਹੈ, ਬਸ ਇੱਦਾਂ ਹੀ ਕੰਮ। ਦੇਖੋ ਜੀ, ਆਸ ਕਰਦੇ ਹਾਂ ਕਿ ਕੰਮ ਬਹੁਤ ਵਧੀਆ ਚੱਲ ਰਿਹਾ, ਜਲਦੀ ਪੂਰਾ ਹੋ ਜਾਊਗਾ, ਪਰ ਜਿਨ੍ਹਾਂ ਦਾ ਇਹ ਸਰੋਵਰ ਸੀ, ਜੇਕਰ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਕੋਈ ਦੇਖਦਾ ਤਾਂ ਕੀ ਸੁਨੇਹਾ ਦੇਣਾ ਚਾਹੋਗੇ? ਬਸ ਇਹੀ ਕਾਰਨ ਸੀਗਾ ਜੀ, ਉਹਨਾਂ ਦੀ ਪੀੜ੍ਹੀ ਨਹੀਂ ਸੀ ਨਾ, ਪੀੜ੍ਹੀ ਖਤਮ ਹੋ ਗਈ ਸੀਗੀ, ਕਰਕੇ ਉਹਨਾਂ ਨੇ ਸਰੋਵਰ ਬਣਾਇਆ ਸੀ। ਇਹ
बेकार जगह कर दिती सी असी लोगों ने, पर अज उन्हूं जदों उहदी आत्मा 100% खुश होएगी कि अज जदों मैं इन्ने पैसे लाए सी, अज जे कोई उत्थे बच्चे खेडणगे, कोई इत्थे हैल्थ दे विच अपनी एक्सरसाइज करनगे, तो उहदी आत्मा निरंतर खुश होएगी कि हाँ भाई कुछ वधिया इत्थे उहनां दे आत्मा नूं शांति मिलेगी। जो ये तालाब है काफ़ी पुराना तालाब है, काफ़ी दहाके हो चुके हैं, पर जो खुदाई की जानी तो कुछ भी समाल निकलना भी संभाविक है, इस बारे भी जानकारी लवेंगे जी। सर जो खुदाई की इसमें पट्टा गया तो कुछ भी समान भी निकला जी? इस तरह जी जिदा पुराना तलाब सीगा, जे कोई पुरानी इमारत होंगी तो बहुत कुछ मिलने के चांस है, पर तलाब सीगा पुराना, तो ये सानू तुहानू दसण लई एक शंख मिलिया जी, जो यदी मतलब शेप आ उस तो पता लगता कि बहुत ही पुराना शंख आ, यदी सारी स्किन भी जी वह टुट चुकी आ, मतलब यदि कंडीशन बहुत ही हल्की हो चुकी है। यही जगह तो ये मिलिया जी, और नाल कुछ घड़े दे पीस मिले जी। देखो जी पूरे इदा पीस ही मिले, पूरा घड़ा मिले जी? नहीं इन्ने पीस ही मिले जी, इनू असी ये देखदा नहीं सी आर पार, तो जो हुण तुसी देखोगे आर पार देखदा, पहला ही आर पार देखदा नहीं सी, आर पार देखण दे केस विच अही फिर मेहनत की, तो फिर सानू आ मतलब इदा दा समान कुछ इहदे विचों मिलिया हैगा। बाकी ये आ भी ये जगह जिहड़ी आ तलाह होण करके इहदे विच कुछ इदां दीआं चीज़ां तां नहीं, बट यादा बहुत पुरानी ये है होगी, कुछ लोगों ने जोड़े हूँ बजुर्ग कितने पाकिस्तान चले गए होने बुढ़े है ना, वो एक तुसी वीडियो तुहाड़ी वीडियो भी मैं देखी है, वो जिहड़े तलाह की गल करता सीगा वो यही तलाह सीगा, वो तुहाड़ी वीडियो तो ही असी इंस्पायर होए हैं कि जे वो बजुर्ग तलाह नूं मानदा देखदा तो असी भी ये लिए कुछ करिए। अपना जी कीमती समय देने लिए बहुत बहुत धन्यवाद। थैंक यू जी, धन्यवाद जी, और तुहाडे सारे चैनल का और कैमरामैन का सारे तुहाडी टीम का जिन्हें एडिटर होणगे सारयां का बहुत बहुत धन्यवाद जी। कितने साडे नाल सन अरजीत सूद जी, जिदा कीरपा जरमान का एक गीत है माना मर जाना पिछे यादा रह जानियाँ, बिल्कुल सच्चा गीत है, क्योंकि जिस जगह पर खड़े हैं इतने वो इंसान लोग नहीं है, पर इस थान दोबारा अरजीत सूद जी जो सरबत ट्रस्ट उन्होंने इतना दोबारा जिंदा किया, और कुछ ही टाइम बाद इतने सारा उन्होंने दस्या भी बिल्कुल सुंदर बन जाएगा, उस तो बाद असी जो तो पूरा काम मुकम्मल हो जाएगा तो एक दोबारा रिपोर्ट भी असं दिखावे, पर फिर हाजिर होवे। कैमरा परसन दविंदर सहम के नाल हरदीप सिंह, नकोदर न्यूज़ रिपोर्ट, मैदपुर।